ਧਾਰੀਵਾਲ। ਉਹ ਨਹੀਂ ਨਹੀਂ ਯਾਰ, ਮੈਂ ਕੀ ਆਉਣਾ ਸੀ, ਮੈਂ ਨਹੀਂ ਗਾ ਗੱਡੀ 'ਚ। ਨਹੀਂ ਨਹੀਂ ਗੱਲ ਤਾਂ ਗੱਡੀ ਖੜੀ ਸੀ ਲਵਲੀ ਨੇ। ਮੈਂ ਤੁਹਾਡਾ ਡੈਡੀ ਇੱਕ ਗੱਲ ਕਰਨੀ ਆ। ਹਾਂਜੀ ਦੱਸੋ। ਧਿਆਨ ਨਾਲ ਸੁਣਿਓ ਮੇਰੀ ਗੱਲ। ਅੱਜ ਨਾ ਮੈਨੂੰ ਮੁੜੇ ਕਿਸੇ ਦਾ ਯਾਰ ਦੋਸਤ ਦਾ ਫੋਨ ਆਇਆ। ਅੱਛਾ। ਮੈਨੂੰ ਕਹਿੰਦਾ ਵੀ ਕੱਲ੍ਹ ਤੂੰ ਇੱਧਰ ਗੱਡੀ ਲੈ ਕੇ ਆਇਆ ਸੀ ਆਪਣੀ, ਅਤੇ ਤੂੰ ਮੇਰੇ ਵੱਲ ਵੇਖਿਆ ਨਹੀਂ ਤਾਂ ਯਾਰ ਘਰੋਂ ਹੋ ਜਾਂਦਾ। ਅੱਛਾ। ਮੈਂ ਇਹ ਗੱਲ 'ਚ ਹੈਰਾਨ ਪਰੇਸ਼ਾਨ, ਮੈਂ ਹਾਂ ਵੀ ਮੈਂ ਤਾਂ ਗਿਆ ਨਹੀਂ ਗਾ ਉੱਥੇ ਗੱਡੀ ਸਾਡੀ ਉੱਧਰ, ਮੁੰਡਾ ਧਾਰੀਵਾਲ ਦਾ। ਅੱਛਾ। ਫਿਰ ਮੈਂ ਸੋਚਿਆ ਮੈਂ ਗੱਡੀ ਲੈ ਕੇ ਤਾਂ ਲਵਲੀ ਗਿਆ ਸੀਗਾ, ਸਾਨੂੰ ਇਹ ਗੱਲ ਕਹਿ ਗਿਆ ਮੈਂ ਗੁਰਦਾਸਪੁਰ ਚੱਲਿਆ ਵਾਂ ਅਤੇ ਗੱਡੀ ਫਿਰਨ ਡੀ ਆ ਧਾਰੀਵਾਲ। ਓਹ ਮੈਂ ਤਾਂ ਮੁੰਡੇ ਨੂੰ ਲਾਉਣ ਗਿਆ ਸੀ ਗੁਰਦਾਸਪੁਰੋਂ, ਗਿਆ ਤਾਂ ਮੈਂ ਜਨਮ ਦਿਨ 'ਤੇ ਹੀ। ਇੱਧਰਲੇ ਪਾਸੇ ਗੁਰਦਾਸਪੁਰ, ਇੱਧਰਲੇ ਪਾਸੇ ਧਾਰੀਵਾਲ, ਅਤੇ ਤੂੰ ਧਾਰੀਵਾਲ ਕਦੇ ਲਾਉਣ ਗਿਆ? ਮੰਨ ਲਓ ਉਹ ਵੀ ਨਬੀ ਉੱਥੇ ਹੋ ਜੇ, ਅਸੀਂ ਲੱਭਦੇ ਰਹੀਏ ਇਹਨੂੰ ਗੁਰਦਾਸਪੁਰ, ਸਾਨੂੰ ਕਿੱਥੋਂ ਲੱਭਣਾ ਹੈ? ਗੱਲ ਪਤਾ ਕੀ ਆ, ਤੇਰੇ ਘਰ ਦੀ ਨਿੱਕੀ ਨਿੱਕੀ ਗੱਲ ਆਣ ਕੇ ਤੇਰੇ ਕੰਨਾਂ 'ਚ ਪਾਉਂਦੀ ਆ, ਉਹ ਫਲਾਣੇ ਥਾਂ ਚੱਲ ਗਿਆ ਵਾ, ਉਹ ਗੱਡੀ ਲੈ ਗਿਆ ਵਾ। ਮੈਂ ਇੱਕ ਗੱਲ ਆਖਾਂ, ਅੱਜ ਕੱਲ੍ਹ ਦੇ ਨਿਆਣਿਆਂ ਦੀ ਵੀ ਸਮਝ ਨਹੀਂ ਲੱਗਦੀ, ਕਰਦੇ ਕੁਝ ਆ ਦੱਸਦੇ ਕੁਝ ਨੇ।